ਬੀਏ ਸੈਕਿੰਡ ਈਅਰ ਬੇਟਾ, ਆਪਾਂ 8th ਤੱਕ ਕਰ ਲਿਆ ਸੀਗਾ ਇੰਪੋਰਟੈਂਸ ਆਫ ਰੀਜਨਲ ਪਾਰਟੀਜ਼, ਆਪਾਂ ਕਰ ਰਹੇ ਸੀਗੇ ਨਾ ਨੇਚਰ ਆਫ ਪਾਰਟੀ ਸਿਸਟਮ ਇਨ ਇੰਡੀਆ। ਉਸਦਾ 9th ਪੁਆਇੰਟ ਹੈ ਪਰਸਨੈਲਿਟੀ ਕਲਟ, ਵਿਅਕਤੀਗਤ ਪੂਜਾ। ਸੁਤੰਤਰਤਾ ਪ੍ਰਾਪਤੀ ਤੋਂ ਪਹਿਲਾਂ ਸਾਡੀ ਸਮਾਜਿਕ, ਰਾਜਨੀਤਿਕ, ਆਰਥਿਕ ਵਿਵਸਥਾ ਜਾਗੀਰਦਾਰਾਂ, ਕਦਰਾਂ ਕੀਮਤਾਂ 'ਤੇ ਟਿਕੀ ਹੋਈ ਸੀ, ਅਤੇ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਵੀ ਅਸੀਂ ਇਸ ਵਿਵਸਥਾ ਦੇ ਵਿੱਚ ਕੋਈ ਵਿਸ਼ੇਸ਼ ਪਰਿਵਰਤਨ ਨਹੀਂ ਆਇਆ। ਅੱਜ ਤੱਕ ਭਾਰਤ ਦੀ ਰਾਜਨੀਤੀ ਅਤੇ ਰਾਜਨੀਤਿਕ ਦਲਾਂ ਉੱਤੇ ਕੁਝ ਕੁਲੀਨ ਅਤੇ ਵਿਸ਼ਿਸ਼ਟ ਵਰਗ ਦਾ ਹੀ ਕੰਟਰੋਲ ਰਿਹਾ ਹੈ। ਸੋ ਬੇਟਾ, ਇਹ ਹੈ ਕਿ ਸ਼ੁਰੂ ਤੋਂ ਹੀ ਆਪਾਂ ਇੱਕ ਪਰਸਨੈਲਿਟੀ ਜਿਹੜੀ ਹੈਗੀ ਹੈ, ਇੱਕ ਵਿਅਕਤੀਗਤ ਪੂਜਾ ਕਰਦੇ ਹਾਂ, ਵਿਅਕਤੀ ਦੀ ਪੂਜਾ ਕਰਦੇ ਹਾਂ। ਵੀ ਡਜ਼ਨਟ ਮੈਟਰ ਕਿ ਉਹ ਪਰਸਨ ਕਿਹੋ ਜਿਹਾ ਕਿਹੋ ਜਿਹਾ ਨਹੀਂ, ਕਈ ਵਾਰੀ ਆਪਾਂ ਕਿਸੇ ਪਰਸਨ ਦੀ ਪਰਸਨੈਲਿਟੀ ਤੋਂ ਇੰਨਾ ਕੁ ਪ੍ਰਭਾਵਿਤ ਹੋ ਜਾਂਦੇ ਹਾਂ ਕਿ ਅਸੀਂ ਉਸਨੂੰ ਆਟੋਮੈਟਿਕਲੀ ਜਿਹੜਾ ਹੈਗਾ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਾਂ। ਲਾਈਕ ਨਰਿੰਦਰ ਮੋਦੀ, ਜਦੋਂ ਸ਼ੁਰੂ ਸ਼ੁਰੂ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਆਈ ਸੀ ਤਾਂ ਲੋਕਾਂ ਨੇ ਇੱਕ ਨਵਾਂ ਚਿਹਰਾ ਦੇਖਿਆ ਸੀਗਾ, ਇੱਕ ਨਵਾਂ ਚਿਹਰਾ ਇੱਕ ਪ੍ਰਾਈਮ ਮਿਨਿਸਟਰ ਦੇ ਰੂਪ ਦੇ ਵਿੱਚ ਦੇਖਿਆ। ਜਿੱਥੇ ਵੀ ਰੀਜਨਲ ਤੌਰ 'ਤੇ ਵੋਟਸ ਪਈਆਂ, ਜਿੱਥੇ ਵੀ ਵੋਟਸ ਪਈਆਂ, ਲੋਕਾਂ ਨੇ ਇਹ ਨਹੀਂ ਦੇਖਿਆ ਹੈਗਾ ਕਿ ਬੀਜੇਪੀ ਦਾ ਕੌਣ ਕੈਂਡੀਡੇਟ ਖੜ੍ਹਾ ਹੈ, ਬਲਕਿ ਉਹਨਾਂ ਨੇ ਮੋਦੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ, ਉਸਦੀ ਪਰਸਨੈਲਿਟੀ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਵੋਟਸ ਜਿਹੜੀਆਂ ਹੈਗੀਆਂ ਦਿੱਤੀਆਂ। ਇਸੇ ਤਰ੍ਹਾਂ ਬੇਟਾ, ਗਾਂਧੀ ਪਰਿਵਾਰ ਹਮੇਸ਼ਾ ਸ਼ੁਰੂ ਤੋਂ ਹੀ ਮਹਾਤਮਾ ਗਾਂਧੀ ਦੇ ਨਾਮ ਚੱਲਣ ਤੋਂ ਕਰਕੇ ਹੀ ਗਾਂਧੀ ਪਰਿਵਾਰ ਜਿਹੜਾ ਹੈਗਾ ਇੰਨੇ ਸਦੀਆਂ ਤੱਕ ਉਸਨੇ ਆਪਣੀ ਪੋਲੀਟਿਕਸ ਦੇ ਵਿੱਚ ਰਾਜ ਕੀਤਾ। ਉਸ ਤੋਂ ਬਾਅਦ ਆਉਂਦਾ ਹੈ ਲੈਕ ਆਫ ਇੰਟਰ ਡੈਮੋਕ੍ਰੇਸੀ ਵਿਦ ਇਨ ਦਾ ਪੋਲੀਟੀਕਲ ਪਾਰਟੀਜ਼, ਰਾਜਨੀਤਿਕ ਦਲਾਂ ਵਿੱਚ ਅੰਦਰੂਨੀ ਲੋਕਤੰਤਰ ਦੀ ਘਾਟ। ਸਾਡੇ ਦੇਸ਼ ਦੇ ਵਿੱਚ ਰਾਜਨੀਤਿਕ ਦਲਾਂ ਵਿੱਚ ਅੰਦਰੂਨੀ ਲੋਕਤੰਤਰ ਦੀ ਘਾਟ ਪਾਈ ਜਾਂਦੀ ਹੈ। ਕਿਉਂ? ਕਿਉਂਕਿ ਕਾਫੀ ਲੰਬੇ ਟਾਈਮ ਤੋਂ ਰਾਜਨੀਤਿਕ ਦਲਾਂ ਦੁਆਰਾ ਵੱਖ ਵੱਖ ਪਾਰਟੀਆਂ ਦੇ ਸੰਗਠਨਾਂ ਦੀਆਂ ਚੋਣਾਂ ਨਹੀਂ ਕਰਵਾਈਆਂ ਗਈਆਂ, ਬਲਕਿ ਇੰਟਰਨਲ ਤੌਰ 'ਤੇ ਹੀ ਆਪਣੇ ਆਪ ਹੀ ਉਹ ਚੇਂਜਿਸ ਜਿਹੜੇ ਹੈਗੇ ਨੇ ਉਹ ਕਰ ਲਿੱਤੇ ਜਾਂਦੇ ਨੇ। ਠੀਕ ਹੈ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਲੈਕ ਆਫ ਦੀ ਪ੍ਰੋਪਰ ਔਰਗਨਾਈਜੇਸ਼ਨ, ਉਚਿਤ ਸੰਗਠਨ ਦੀ ਘਾਟ। ਰਾਜਨੀਤਿਕ ਦਲਾਂ ਦੇ ਵਿੱਚ ਰਾਜਨੀਤਿਕ ਜਿਹੜਾ ਹੈਗਾ ਸੰਗਠਨ ਜਿਹੜਾ ਹੈਗਾ ਰਾਜਨੀਤਿਕ ਦੀ ਦਿਲ ਜਨਚਾਨ ਹੁੰਦੇ ਨੇ, ਪਰੰਤੂ ਭਾਰਤ ਵਿੱਚ ਅਨੇਕਾਂ ਹੀ ਰਾਜਨੀਤਿਕ ਦਲ ਅਜਿਹੇ ਹਨ ਜਿਹੜੇ ਪ੍ਰਾਂਤ ਪੱਧਰ 'ਤੇ ਆਪਣੇ ਸੰਗਠਨ ਕਾਇਮ ਕਰਨ ਦੇ ਵਿੱਚ ਅਸਮਰਥ ਰਹੇ ਨੇ। ਹਿੰਦੂ ਮਹਾਸਭਾ ਹੋ ਗਈ, ਮੁਸਲਿਮ ਲੀਗ ਹੋ ਗਈ, ਸੁਤੰਤਰਤਾ ਪਾਰਟੀ ਹੋ ਗਈ, ਇਹਨਾਂ ਸਾਰਿਆਂ ਨੇ ਆਪਣਾ ਸੰਗਠਨ ਜਿਹੜਾ ਹੈਗਾ ਉਹ ਅਲੱਗ ਅਲੱਗ ਕਰ ਲਿੱਤਾ ਹੈ, ਔਰ ਵਿਚਾਰਾਂ ਦੇ ਵਿੱਚ ਕਮੀ ਹੋਣ ਦੇ ਕਾਰਨ ਵੀ ਇਹਨਾਂ ਦੇ ਵਿੱਚ ਯੂਨਿਟੀ ਜਿਹੜੀ ਹੈਗੀ ਹੈ ਉਸ ਦੀ ਕਮੀ ਪਾਈ ਜਾਂਦੀ ਹੈ। ਗਰੁੱਪਿਜ਼ਮ ਵਿਦ ਇਨ ਦਾ ਪਾਰਟੀ, ਦਲਾਂ ਦੇ ਵਿੱਚ ਧੜੇਬੰਦੀ। ਦਲਾਂ ਦੇ ਵਿੱਚ ਧੜੇਬੰਦੀ ਦਾ ਮਤਲਬ ਪਾਰਟੀ ਦੀ ਯੂਨਿਟੀ ਨੂੰ ਖਤਮ ਕਰ ਦੇਣਾ। ਆਪਣੇ ਆਪਣੇ ਅਲੱਗ ਗਰੁੱਪ ਬਣਾ ਲਿੱਤੇ ਜਾਂਦੇ ਨੇ ਜਿਸ ਦੇ ਵਿੱਚ ਯੂਨਿਟੀ ਜਿਹੜੀ ਹੈਗੀ ਆ ਉਹ ਖਤਮ ਹੋ ਜਾਂਦੀ ਹੈ। ਯੂ ਸਪੋਜ਼ ਦੈਟ ਕਿ ਅਗਰ ਤੁਹਾਡੀ ਕਲਾਸ ਦੇ ਵਿੱਚ 50 ਸਟੂਡੈਂਟਸ ਨੇ, 50 ਸਟੂਡੈਂਟਸ ਦੇ ਵਿੱਚ ਅਗਰ ਸਟੂਡੈਂਟਸ ਜਿਹੜੇ ਹੈਗੇ ਨੇ ਆਪਣਾ ਅਲੱਗ ਅਲੱਗ ਪੰਜ ਪੰਜ ਦਾ ਗਰੁੱਪ, ਚਾਰ ਚਾਰ ਦਾ ਗਰੁੱਪ ਫਰੈਂਡਸ ਬਣਾ ਲੈਂਦੇ ਆ ਨਾ, ਤਾਂ ਉਸੇ ਤਰ੍ਹਾਂ ਅਗਰ ਕੋਈ ਗੱਲ ਕਿਸੇ ਪੂਰੀ ਕਲਾਸ 'ਤੇ ਆਉਂਦੀ ਹੈ ਤਾਂ ਸ਼ਾਇਦ ਸਾਰੇ ਬੱਚੇ ਉਸਦਾ ਜਿਹੜਾ ਫੇਵਰ ਨਹੀਂ ਕਰਨਗੇ। ਕਿਉਂ? ਕਿਉਂਕਿ ਗਰੁੱਪਿਜ਼ਮ ਬਣਿਆ ਹੋਇਆ ਹੈ। ਸੋ ਇਹੋ ਜਿਹੜੇ ਗਰੁੱਪਸ ਹੈਗੇ ਨੇ ਉਹ ਉਹਨਾਂ ਦੀ ਯੂਨਿਟੀ ਦੇ ਲਈ ਉਦੋਂ ਤੱਕ ਰਿਐਕਟ ਨਹੀਂ ਕਰੂਗੇ ਜਦ ਤੱਕ ਤੁਹਾਡੇ ਗਰੁੱਪ ਦੇ ਉੱਤੇ ਕੋਈ ਗੱਲ ਨਹੀਂ ਆ ਜਾਂਦੀ। ਸੋ ਇਸ ਤਰ੍ਹਾਂ ਦੇ ਜਿਹੜੇ ਗਰੁੱਪਿਜ਼ਮ ਹੈਗੇ ਨੇ ਇਹ ਕਿਸੇ ਵੀ ਤਰ੍ਹਾਂ ਦੀ ਯੂਨਿਟੀ ਦੇ ਲਈ, ਚਾਹੇ ਉਹ ਕਲਾਸ ਦੀ ਯੂਨਿਟੀ ਹੋਵੇ ਜਾਂ ਫਿਰ ਕਿਸੇ ਪਾਰਟੀ ਦੀ ਯੂਨਿਟੀ ਹੋਵੇ, ਉਹਨਾਂ ਦੇ ਲਈ ਜਿਹੜੀ ਹੈਗੀ ਇਹ ਯੂਨਿਟੀ ਦੇ ਲਈ ਖਤਰਾ ਹੈ। ਉਸ ਤੋਂ ਬਾਅਦ ਆਉਂਦੀ ਹੈ ਬੇਟਾ ਪੋਲੀਟਿਕਸ ਆਫ ਡਿਫੈਕਸ਼ਨ, ਡਿਫੈਕਸ਼ਨ ਦਲ ਬਦਲੀ ਦੀ ਰਾਜਨੀਤੀ। ਤੁਹਾਨੂੰ ਪਤਾ ਹੈ ਕਿ ਪੋਲੀਟਿਕਸ ਦੇ ਵਿੱਚ ਦਲ ਬਦਲੀ ਰਾਜਨੀਤੀ ਕਿਵੇਂ ਹੁੰਦੀ ਹੈ। ਇੱਕ ਪਾਰਟੀ ਹਾਰ ਗਈ ਤਾਂ ਇੱਕ ਪਰਸਨ ਨੇ ਛੱਡ ਕੇ ਦੂਸਰੀ ਪਾਰਟੀ ਜੁਆਇਨ ਕਰ ਲਈ, ਦੂਸਰੀ ਪਾਰਟੀ ਅਗਰ ਉਹਦਾ ਘੱਟ ਜਿਹੜਾ ਹੈਗਾ ਲੈਕ ਆ ਰਿਹਾ ਹੈ, ਉਹਦੀ ਡਿਕਲਾਈਨ ਆ ਰਹੀ ਹੈ ਲਗਾਤਾਰ, ਤਾਂ ਇੱਕ ਪਰਸਨ ਨੇ ਛੱਡ ਕੇ ਉਹ ਵਾਲੀ ਪਾਰਟੀ ਜਿਹੜੀ ਹੈਗੀ। ਹੁਣ ਬੀਜੇਪੀ ਦੇ ਵਿੱਚ ਕਿੰਨੇ ਲੋਕ ਸ਼ਾਮਿਲ ਹੋਏ? ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਲੋਕ ਸ਼ਾਮਿਲ ਹੋਏ, ਕਿਉਂਕਿ ਬੀਜੇਪੀ ਦਾ ਬੋਲਬਾਲਾ ਸੀਗਾ, ਹੈ ਨਾ। ਸੋ ਇਸੀ ਤਰ੍ਹਾਂ ਬੇਟਾ ਇਹਦੇ ਵਿੱਚ ਜਿਹੜੀ ਹੈਗੀ ਇੱਕ ਸਭ ਤੋਂ ਵੱਡੀ ਇਹਦੀ ਮੇਨ ਗੱਲ ਜਿਹੜਾ ਡੀਮੈਰਿਟ ਕਹਿ ਲਓ ਇਹਨੂੰ, ਕਿ ਦਲਾਂ ਬਦਲੀ ਦੀ ਰਾਜਨੀਤੀ ਜਿਹੜੀ ਹੈਗੀ ਉਹ ਹੁੰਦੀ ਰਹਿੰਦੀ ਹੈ। ਆਪਾਂ ਨੂੰ ਪਤਾ ਨਹੀਂ ਲੱਗਦਾ ਕਿਹੜਾ ਨੇਤਾ ਕਦੋਂ ਕਿਹੜੀ ਪਾਰਟੀ ਛੱਡ ਕੇ ਕਿਸੇ ਦੂਸਰੀ ਪਾਰਟੀ ਨੂੰ ਜੁਆਇਨ ਕਰ ਲੈਂਦਾ ਹੈ। ਉਸ ਤੋਂ ਬਾਅਦ ਹੈ ਚੋਣ ਗਠਬੰਧਨ ਅਤੇ ਮਿਲੀਆਂ ਜੁਲੀਆਂ ਸਰਕਾਰਾਂ, ਇਲੈਕਸ਼ਨ ਅਲਾਇੰਸ ਐਂਡ ਕੋਲੀਸ਼ਨ ਆਫ ਦੀ ਗਵਰਨਮੈਂਟ। ਮੀਨਸ ਮਿਲੀਆਂ ਜੁਲੀਆਂ ਸਰਕਾਰਾਂ, ਅਗਰ ਮੈਂ ਤੁਹਾਨੂੰ ਸਿੰਪਲ ਮੀਨਿੰਗ ਦੇ ਵਿੱਚ ਸਮਝਾਵਾਂ ਤਾਂ ਦੇਖੋ ਏ ਬੀ ਸੀ ਡੀ ਸਮਝ ਲਓ ਚਾਰ ਪਾਰਟੀਜ਼ ਨੇ, ਠੀਕ ਹੈ। ਏ ਪਾਰਟੀ ਨੂੰ ਮਿਲੀਆਂ 10 ਵੋਟ, ਵੀ ਪਾਰਟੀ ਨੂੰ ਮਿਲੀਆਂ 8 ਵੋਟ, ਸੀ ਪਾਰਟੀ ਨੂੰ ਮਿਲੀਆਂ 7 ਵੋਟ ਐਂਡ ਸੀ ਪਾਰਟੀ ਨੂੰ ਮਿਲੀਆਂ 5 ਵੋਟਸ, ਠੀਕ ਹੈ। ਫੋਰ ਇਗਜ਼ਾਮਪਲ, ਹੁਣ ਅਗਰ ਬਹੁਮਤ ਦੇ ਹਿਸਾਬ ਨਾਲ ਚੱਲੀਏ ਤਾਂ ਏ ਪਾਰਟੀ ਵਿਨਰ ਬਣਦੀ ਹੈ ਨਾ, ਕਿਉਂਕਿ ਬਹੁਮਤ ਉਸਨੂੰ ਜ਼ਿਆਦਾ ਪ੍ਰਾਪਤ ਹੋਇਆ ਹੈ। ਲੇਕਿਨ ਅਗਰ ਬੀ ਔਰ ਸੀ ਆਪਸ ਦੇ ਵਿੱਚ ਗਠਬੰਧਨ ਕਰ ਲੈਂਦੇ ਨੇ, ਬੀ ਪਲੱਸ ਸੀ,
ਕਿੰਨੇ ਹੋ ਗਏ 15 ਵੋਟਸ ਜਿਹੜੀਆਂ ਹੈਗੀਆਂ ਉਹ ਹੋ ਗਈਆਂ ਤਾਂ ਇਟ ਮੀਨਸ ਇਹ ਜੋ ਦੋਨੋਂ ਗਠਬੰਧਨ ਕਰਕੇ ਏ ਨਾਲੋਂ ਸੁਪੀਰੀਅਰ ਕਰਕੇ ਆਪਣੀ ਸਰਕਾਰ ਜਿਹੜੀ ਹੈਗੀ ਆ ਉਹ ਬਣਾ ਲੈਂਦੇ ਨੇ ਠੀਕ ਹੈ ਇਸ ਨੂੰ ਕਹਿੰਦੇ ਗਠਬੰਧਨ ਅਤੇ ਮਿਲੀਆਂ ਜੁਲੀਆਂ ਸਰਕਾਰਾਂ ਉਸ ਤੋਂ ਬਾਅਦ ਆਉਂਦਾ ਬੇਟਾ ਲੈਕ ਆਫ ਡਿਸਿਪਲਿਨ ਯੂ ਨੋ ਵੈਰੀ ਵੈਲ ਕਿ ਆਪਣੇ ਪੋਲੀਟਿਕਸ ਦੇ ਵਿੱਚ ਜਿਹੜਾ ਡਿਸਿਪਲਿਨ ਦੀ ਕਿੰਨੀ ਘਾਟ ਹੈ ਅਗਰ ਤੁਸੀਂ ਇਹਦਾ ਲਾਈਵ ਐਗਜ਼ਾਮਪਲ ਦੇਣਾ ਹੋਏਗਾ ਤਾਂ ਕਦੇ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਹੈਗਾ ਉਹ ਜਾ ਕੇ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦਾ ਡਿਸਿਪਲਿਨ ਜਿਹੜਾ ਹੈਗਾ ਉਹ ਹੁੰਦਾ ਹੈ ਅਗਰ ਪਾਰਲੀਮੈਂਟ ਨਹੀਂ ਤਾਂ ਲੋਕਾਂ ਦੇ ਜਿਹੜੇ ਸਾਡੇ ਨੇਤਾਵਾਂ ਨੇ ਪੋਲੀਟੀਸ਼ੀਅਨਸ ਨੇ ਉਹਨਾਂ ਦੇ ਭਾਸ਼ਣ ਦੇ ਵਿੱਚ ਤੁਸੀਂ ਦੇਖਿਓ ਕਦੇ ਕਦੇ ਇਹੋ ਜਿਹੀ ਲੈਂਗੁਏਜਿਸ ਯੂਜ਼ ਕੀਤੀ ਜਾਂਦੀ ਹੈ ਜੋ ਸਾਡੀ ਜਿਹੜੇ ਲੋਕਤੰਤਰ ਹੈ ਉਸਨੂੰ ਠੇਸ ਪਹੁੰਚਾਉਂਦੀ ਹੈ ਜਾਂ ਸਾਡੇ ਲੋਕਤੰਤਰ ਦੇ ਲਈ ਸੂਟੇਬਲ ਨਹੀਂ ਹੁੰਦੀ ਹੈਗੀ ਠੀਕ ਹੈ ਉਸ ਤੋਂ ਬਾਅਦ ਹੈ ਯੂਜ਼ ਆਫ ਐਕਸਟਰਾ ਕੋਨਸਟੀਟਿਊਸ਼ਨਲ ਮੀਨਸ ਟੂ ਗੈਟ ਦੀ ਪਾਵਰ ਸੱਤਾ ਪ੍ਰਾਪਤ ਕਰਨ ਦੇ ਲਈ ਗੈਰ ਸੰਵਿਧਾਨਿਕ ਤਰੀਕਿਆਂ ਦਾ ਪ੍ਰਯੋਗ ਕਰਨਾ ਗੈਰ ਸੰਵਿਧਾਨਿਕ ਤਰੀਕੇ ਮੀਨਸ ਸੰਵਿਧਾਨਿਕ ਤਰੀਕੇ ਤਾਂ ਇਹ ਕਹਿੰਦੇ ਨੇ ਕਿ ਆਪਣੇ ਪਾਰਟੀ ਦਾ ਪ੍ਰਚਾਰ ਕਰੋ ਠੀਕ ਹੈ ਆਪਣੀ ਪਾਰਟੀ ਦੀਆਂ ਲੋਕਾਂ ਨੂੰ ਖੂਬੀਆਂ ਗਿਣਾਓ ਲੋਕਾਂ ਨੂੰ ਜਨਮਤ ਨੂੰ ਆਪਣੇ ਹੱਕ ਦੇ ਵਿੱਚ ਕਰਨ ਦਾ ਯਤਨ ਕਰੋ ਪਰ ਕੀ ਹੁੰਦਾ ਕਈ ਵਾਰੀ ਹਿੰਸਾ ਦਾ ਸਾਧਨ ਹਿੰਸਾ ਦਾ ਜਿਹੜਾ ਹੈਗਾ ਪ੍ਰਯੋਗ ਕੀਤਾ ਜਾਂਦਾ ਹੈ ਵੋਟਿੰਗ ਦੇ ਵਿੱਚ ਹੇਰ ਬਦਲ ਕੀਤੀ ਜਾਂਦੀ ਹੈ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਠੀਕ ਹੈ ਪੈਸੇ ਦਾ ਲਾਲਚ ਦਿੱਤਾ ਜਾਂਦਾ ਚੀਜ਼ਾਂ ਦਾ ਲਾਲਚ ਦਿੱਤਾ ਜਾਂਦਾ ਹੈ ਕਿਸ ਚੀਜ਼ ਲਈ ਵੋਟਾਂ ਨੂੰ ਹਥਿਆਉਣ ਦੇ ਲਈ ਦੰਗੇ ਹੁੰਦੇ ਨੇ ਹੜਤਾਲਾਂ ਹੁੰਦੀਆਂ ਨੇ ਕਈ ਜਗ੍ਹਾ ਅੱਗਜਨੀ ਹੁੰਦੀ ਹੈ ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਐਕਸਟਰਾ ਕੋਨਸਟੀਟਿਊਸ਼ਨਲ ਮੀਨਸ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਹੈ ਬੇਟਾ ਪੋਪੂਲਿਸਟਿਕ ਨੇਚਰ ਆਫ ਦੀ ਪੋਲੀਟੀਕਲ ਪਾਰਟੀ ਰਾਜਨੀਤਿਕ ਦਲਾਂ ਦਾ ਲੋਕਵਾਦੀ ਸੁਭਾਅ ਜੈਸਾ ਦੇਸ਼ ਵੈਸਾ ਭੇਸ ਵਾਲੀ ਜਿਹੜੀ ਕਹਾਵਤ ਹੈ ਉਹ ਇਹਨਾਂ ਦੇ ਉੱਤੇ ਬਿਲਕੁਲ ਟੁੱਕਦੀ ਹੈ ਅਗਰ ਕਿਸੇ ਬਸਤੀ ਦੇ ਵਿੱਚ ਜਾਣਗੇ ਤਾਂ ਗਰੀਬੀ ਹਟਾਓ ਇਹੋ ਜਿਹੇ ਨਾਰੇ ਲਗਾਏ ਜਾਂਦੇ ਨੇ ਔਰ ਜੇ ਕਿਤੇ ਇੰਡਸਟਰੀਅਲ ਵੱਲ ਜਾਉਣਗੇ ਤਾਂ ਉਸ ਤਰ੍ਹਾਂ ਦੇ ਨਾਰੇ ਲਗਾਏ ਜਾਂਦੇ ਨੇ ਜੇ ਕਿਸੇ ਪੇਂਡੂ ਖੇਤਰ ਦੇ ਵਿੱਚ ਜਿੱਥੇ ਕਿਸਾਨ ਜ਼ਿਆਦਾ ਹੁੰਦੇ ਨੇ ਤਾਂ ਉਸ ਵਰਗੇ ਜਿਹੜੇ ਹੈਗੇ ਨੇ ਨਾਰੇ ਲਗਾਏ ਜਾਂਦੇ ਨੇ ਮੀਨਸ ਜਿਸ ਤਰ੍ਹਾਂ ਦੇ ਦੇਸ਼ ਦੇ ਵਿੱਚ ਜਾਂਦੇ ਨੇ ਜਿਸ ਤਰ੍ਹਾਂ ਦੇ ਇਲਾਕੇ ਦੇ ਵਿੱਚ ਜਾਂਦੇ ਨੇ ਇਹ ਆਪਣਾ ਨੇਚਰ ਜਾਂ ਨਾਰੇ ਜਿਹੜੇ ਹੈਗੇ ਨੇ ਉਸ ਤਰ੍ਹਾਂ ਲਗਾਉਣੇ ਸ਼ੁਰੂ ਕਰ ਦਿੰਦੇ ਨੇ ਔਰ ਲੋਕਾਂ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾਉਂਦੇ ਨੇ ਜਾਂ ਉਹਨਾਂ ਦਾ ਫਾਇਦਾ ਉਠਾਉਂਦੇ ਨੇ ਸੋ ਕੰਕਲੂਜਨ ਦੇ ਵਿੱਚ ਆਪਾਂ ਕਹਿ ਸਕਦੇ ਨੇ ਬੇਟਾ ਕਿ ਭਾਰਤ ਦੇ ਵਿੱਚ ਧਰਮ ਪ੍ਰਣਾਲੀ ਦੀਆਂ ਵਿਸ਼ੇਸ਼ਤਾ ਪੜ੍ਹਨ ਪਿੱਛੋਂ ਅਸੀਂ ਕਹਿ ਸਕਦੇ ਹਾਂ ਕਿ ਇਹ ਸੰਸਾਰ ਦੇ ਵਿੱਚ ਆਪਣੇ ਆਪ ਹੀ ਇੱਕ ਵੱਖਰੀ ਦਲ ਪ੍ਰਣਾਲੀ ਹੈ ਅਤੇ ਜੇਕਰ ਇਸ ਦਲ ਪ੍ਰਣਾਲੀ ਨੂੰ ਭਾਰਤ ਦਾ ਭਾਰਤੀ ਮਾਡਲ ਕਿਹਾ ਜਾਏ ਤਾਂ ਕੋਈ ਗਲਤ ਨਹੀਂ ਹੋਏਗਾ ਠੀਕ ਹੈ ਸੋ ਇਸ ਤਰ੍ਹਾਂ ਬੇਟਾ ਵੀ ਤੁਸੀਂ ਸਿਰਫ 2 ਮਾਰਕਸ ਦੇ ਵਿੱਚ ਕੰਸਟੀਟਿਊਸ਼ਨ ਆਪਣਾ ਕੰਕਲੂਜਨ ਲਿਖਣਾ ਹੈ ਅਦਰਵਾਈਜ਼ ਪੂਰੀਆਂ ਹੈਡਿੰਗਸ ਨੂੰ ਲਿਖਣਾ ਹੈ ਲਿਖ ਕੇ 2 ਨੰਬਰ ਦੇ ਵਿੱਚ ਕੰਸਟੀਟਿਊਸ਼ਨ ਇਹਦਾ ਕੰਕਲੂਜਨ ਜਿਹੜਾ ਹੈਗਾ ਉਹ ਤੁਸੀਂ ਦੇਣਾ ਠੀਕ ਹੈ ਇਹ ਤੁਹਾਡਾ ਚੈਪਟਰ ਇਸ ਤੋਂ ਬਾਅਦ ਇਹ ਤਾਂ ਹੈ ਬੇਟਾ ਤੁਹਾਡੀਆਂ ਦਲ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਅਗਰ ਤੁਹਾਨੂੰ ਪੇਪਰ ਦੇ ਵਿੱਚ ਆ ਗਏ ਐਮਰਜਿੰਗ ਟ੍ਰੈਂਡਸ ਇਨ ਇੰਡੀਅਨ ਪੋਲੀਟੀਕਲ ਸਿਸਟਮ ਦੈਨ ਸੇਮ ਹੋਊਗਾ ਦੋਨੋਂ ਹੀ ਕੁਸ਼ਚਨ ਸੇਮ ਹੋਣਗੇ ਅਗਰ ਤੁਹਾਨੂੰ ਆ ਗਿਆ ਇਮਰਜਿੰਗ ਟ੍ਰੈਂਡਸ ਇਨ ਇੰਡੀਅਨ ਪੋਲੀਟੀਕਲ ਸਿਸਟਮ ਜਾਂ ਨੇਚਰ ਪਾਰਟੀ ਆਫ ਇੰਡੀਅਨ ਪੋਲੀਟੀਕਲ ਸਿਸਟਮ ਬੋਥ ਆਰ ਦੀ ਸੇਮ ਕੁਸ਼ਚਨ ਦੋਨਾਂ ਦੇ ਵਿੱਚ ਸੇਮ ਹੀ ਆਂਸਰ ਆਏਗਾ ਅਗਰ ਆ ਗਿਆ ਕ੍ਰਿਟੀਕਲ ਇਵੈਲਿਊਏਸ਼ਨ ਆਫ ਦ ਪੋਲੀਟੀਕਲ ਪਾਰਟੀ ਫਿਰ ਵੀ ਦੋਨਾਂ ਦਾ ਸੇਮ ਹੀ ਹੈਗਾ ਕਿਉਂਕਿ ਆਪਾਂ ਕ੍ਰਿਟੀਕਲੀ ਹੀ ਇਵੈਲਿਊਏਟ ਕਰ ਰਹੇ ਸੀ ਇਹਨੂੰ ਠੀਕ ਹੈ ਅਗਰ ਔਰ ਪੰਜਾਬੀ ਦੇ ਵਿੱਚ ਕਵਾਂ ਭਾਰਤੀ ਦਲ ਪ੍ਰਣਾਲੀ ਦਾ ਸਵਰੂਪ ਅਗਰ ਪੇਪਰ ਵਿੱਚ ਆ ਜਾਏ ਭਾਰਤੀ ਦਲ ਪ੍ਰਣਾਲੀ ਦੀਆਂ ਉੱਭਰਦੀਆਂ ਪ੍ਰਵਿਰਤੀਆਂ ਬੇਟਾ ਤੁਹਾਨੂੰ ਆ ਜਾਣ ਔਰ ਰਾਜਨੀਤਿਕ ਦਲਾਂ ਦਾ ਆਲੋਚਨਾਤਮਕ ਮੁਲਿਆਂਕਣ ਆ ਜਾਏ ਤਾਂ ਤਿੰਨਾਂ ਦਾ ਆਂਸਰ ਹੀ ਸੇਮ ਹੋਏਗਾ ਜੋ ਮੈਂ ਤੁਹਾਨੂੰ ਪਿੱਛੇ ਕਰਵਾਇਆ ਹੈ ਸੋ ਇਸ ਦੇ ਨਾਲ ਆਪਣਾ ਫਸਟ ਚੈਪਟਰ ਬੇਟਾ ਇੱਥੇ ਕੰਪਲੀਟ ਹੁੰਦਾ ਹੈ ਠੀਕ ਹੈ ਤੁਸੀਂ ਨੋਟਸ ਜਿਹੜਾ ਹੈਗਾ ਪ੍ਰੋਪਰ ਬਣਾ ਕੇ ਠੀਕ ਹੈ ਇਹਨੂੰ ਮੈਨੂੰ ਸੈਂਡ ਕਰ ਦਿਓ ਵਟਸਐਪ 'ਤੇ ਓਕੇ